ਸਤਿਗੁਰੂ ਜੀ ਨੇ ਅਰਦਾਸ ਕਰਕੇ ਸ਼ਸਤਰ ਦੇ ਕੇ ਤੇ ਪੰਜ ਸਿੰਘ ਨਾਲ ਦੇ ਕੇ ਛੇਵਾਂ ਜੁਝਾਰ ਸਿੰਘ ਉਸ ਚਮਕੌਰ ਦੀ ਗੜੀ ਵਿੱਚ ਜਿਸ ਦੇ ਦੁਆਲੇ 10 ਲੱਖ ਦਾ ਘੇਰਾ ਸੀ ਤੇ ਕੁਝ ਹੀ ਅਜੇ ਮਰ ਸਕੇ ਸਨ ਹਜ਼ਾਰਾਂ ਦੀ ਗਿਣਤੀ ਵਿੱਚ। ਜਦੋਂ ਸਤਿਗੁਰੂ ਕਿਤੇ ਵਾਧਾ ਦੁਸ਼ਮਣ ਦਾ ਜ਼ੋਰ ਵੇਖਦੇ ਨੇ ਆਪਣੇ ਭੱਥੇ ਵਿੱਚੋਂ ਇੱਕ ਤੀਰ ਛੱਡਦੇ ਨੇ ਜਿਹੜਾ 10-10 ਹਜ਼ਾਰ ਦੀ ਛਾਤੀ ਪਾੜ ਕੇ ਪਾਰ ਲੰਘ ਜਾਂਦਾ। ਅਕਾਲ ਪੁਰਖ ਦਾ ਸਰੂਪ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਨੂੰ ਪੰਜ ਸਿੰਘ ਦੇ ਕੇ ਮੈਦਾਨੇ ਜੰਗ ਨੂੰ ਤੋਰੇ ਨੇ। ਮੈਦਾਨੇ ਜੰਗ ਦੇ ਵਿੱਚ ਜਾ ਕੇ ਜਿਵੇਂ ਯਾਰ ਵਿਖਾ ਕੇ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਉਸ ਵੇਲੇ ਦਾ ਵਾਤਾਵਰਨ ਹੈ ਟਾਈਮ ਬਿਆਨ ਕੀਤਾ ਜਾ ਰਿਹਾ, ਸੁਣੀਏ ਪਿਆਰ ਨਾਲ। ਕੈਮ ਲੋਕਲ ਪ੍ਰੋਡਕਸ਼ਨ।